ਕਿਉਂਕਿ ਮਹਿੰਗਾ ਇਲਾਜ ਆ, ਆਮ ਪਿੰਡਾਂ ਦੇ ਲੋਕ ਇੰਨਾ ਖਰਚਾ ਕਈ ਵਾਰੀ ਕਰ ਨਹੀਂ ਸਕਦੇ ਹੁਣ। ਸਾਨੂੰ ਤਾਂ ਇਹ ਹੁੰਦਾ ਵੀ ਪੇਸ਼ੈਂਟ ਬਚ ਜੇ, ਸੱਪ ਲੜੇ ਦਾ ਮਰੀਜ਼ ਆ ਜਾਂ ਜ਼ਹਿਰ ਪੀਤੇ ਦਾ ਮਰੀਜ਼ ਆ, ਇਹ ਮਰੇ ਨਾ, ਇਹ ਜਿਉਂਦਾ ਰਹੇ ਅਤੇ ਇਹ ਬਚ ਜੇ। ਜੇ ਉਹਦੇ 'ਚ ਸਾਨੂੰ ਹੋਸਪਿਟਲ ਨੂੰ ਵੀ 4 ਪੈਸੇ ਲਾਉਣੇ ਪੈਣ ਤਾਂ ਅਸੀਂ ਉਹਦੇ 'ਤੇ ਲਾਉਂਦੇ ਹਾਂ। ਵੈਂਟੀਲੇਟਰ ਸਾਡੇ ਕੋਲ ਕਈ ਉਪਲਬਧ ਨੇ, ਪਰੰਤੂ ਬਹੁਤ ਵਾਰੀ ਅਸੀਂ ਵੈਂਟੀਲੇਟਰ ਜਿਹੜੇ ਉਹ ਫ੍ਰੀ ਆਫ ਕੋਸਟ ਹੀ ਲਗਾ ਦਿੰਦੇ ਹਾਂ, ਕਿਉਂ ਵੀ 15-20 ਮਿੰਟਾਂ ਦੇ ਵਿੱਚ ਜੇ ਤੁਸੀਂ ਪੇਸ਼ੈਂਟ ਨੂੰ ਲੈ ਗਏ ਹੋਸਪਿਟਲ ਵਿੱਚ ਆ ਗਏ ਕਿਸੇ ਸਹੀ ਦੇ ਵਿੱਚ ਤਾਂ ਠੀਕ ਹੈ, ਨਹੀਂ ਉਹ ਕੰਪਲੀਕੇਟ ਹੋ ਕੇ ਪੇਸ਼ੈਂਟ ਖਰਾਬ ਵੀ ਹੋ ਜਾਂਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਦੀਪ ਅਤੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ। ਅੱਜ ਅਸੀਂ ਪਹੁੰਚੇ ਹਾਂ ਦੀਪ ਹੋਸਪਿਟਲ ਨਿਹਾਲ ਸਿੰਘ ਵਾਲਾ। ਸੋ ਅਸੀਂ ਇੱਥੇ ਬੋਰਡ ਲੱਗੇ ਦੇਖੇ, ਇੱਥੇ ਲਿਖਿਆ ਹੋਇਆ ਕਿ ਸੱਪ ਦੇ ਕੱਟੇ ਦਾ ਇਲਾਜ, ਜ਼ਹਿਰ ਪੀਤੇ ਦਾ ਇਲਾਜ ਖਾਸ ਤੌਰ 'ਤੇ ਕੀਤਾ ਜਾਂਦਾ। ਤਾਂ ਸਾਡਾ ਮਨ ਬਣਿਆ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ। ਸਾਡੇ ਨਾਲ ਨੇ ਡਾਕਟਰ ਹਰਗੁਰ ਪ੍ਰਤਾਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਅਸੀਂ ਇੱਥੇ ਪੜ੍ਹਿਆ ਕਿ ਜ਼ਹਿਰ ਪੀਤੇ ਦਾ ਇਲਾਜ ਅਤੇ ਸੱਪ ਦੇ ਕੱਟੇ ਦਾ ਇਲਾਜ ਕੀਤਾ ਜਾਂਦਾ ਹੈ, ਅਤੇ ਸਾਡੇ ਮਨ 'ਚ ਆਇਆ ਕਿ ਤੁਹਾਡੇ ਨਾਲ ਗੱਲਬਾਤ ਕਰੀਏ। ਇਹ ਇਲਾਜ ਆ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ? ਦੇਖੋ, ਜਿਹੜੇ ਲੋਕ ਖੇਤੀ ਨਾਲ ਜੁੜੀਆਂ ਹੋਈਆਂ ਜ਼ਹਿਰਾਂ ਹੁੰਦੀਆਂ, ਜਿਹੜੀਆਂ ਕੈਮੀਕਲਸ ਹੁੰਦੇ ਆ ਉਹ ਪੀ ਕੇ ਆ ਜਾਂਦੇ ਆ, ਉਹਨਾਂ ਦਾ ਸਾਡੇ ਹੋਸਪਿਟਲ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਪ੍ਰਬੰਧ ਹੈ ਇਲਾਜ ਦਾ। ਲਗਭਗ ਸਾਡੇ ਕੋਲ ਸਾਰੀਆਂ ਹੀ ਸਹੂਲਤਾਂ ਨੇ ਉਹਦੇ ਇਲਾਜ ਦੇ ਵਿੱਚ। ਦੂਸਰਾ ਹੈਗਾ, ਸਾਡੇ ਪੇਂਡੂ ਖੇਤਰਾਂ ਦੇ ਵਿੱਚ ਸੱਪ ਦੇ ਲੜਨ ਦੀਆਂ ਕਾਫੀ ਘਟਨਾਵਾਂ ਹੁੰਦੀਆਂ ਨੇ, ਤਾਂ ਉਸ ਦਾ ਵੀ ਇਲਾਜ ਸਾਡੇ ਕੋਲ ਉਪਲਬਧ ਹੈ। ਐਲੋਪੈਥਿਕ, ਅੰਗਰੇਜ਼ੀ ਜਿਹਨੂੰ ਵਿਧੀ ਕਹਿੰਦੇ, ਐਲੋਪੈਥਿਕ ਵਿਧੀ ਦੇ ਨਾਲ ਹੀ ਅਸੀਂ ਇਲਾਜ ਕਰਦੇ ਹਾਂ ਇਹਨਾਂ ਚੀਜ਼ਾਂ ਦਾ। ਡਾਕਟਰ ਸਾਹਿਬ, ਇਹੋ ਜਿਹੇ ਮਰੀਜ਼ਾਂ ਦੀ ਗਿਣਤੀ ਕਿੰਨੀ ਕੁ ਆ, ਜਿਹੜੇ ਸੱਪ ਦੇ ਕੱਟੇ ਵਾਲੇ ਵੀ ਅਤੇ ਜਿਹੜੇ ਜ਼ਹਿਰ ਪੀ ਕੇ ਆਉਂਦੇ ਆ? ਗਿਣਤੀ ਤਾਂ ਆਪਾਂ ਕਹਿ ਨਹੀਂ ਸਕਦੇ ਵੀ, ਕਿਉਂਕਿ ਸਾਰੇ ਪੇਸ਼ੈਂਟਸ ਨਹੀਂ ਸਾਡੇ ਕੋਲ ਆਉਂਦੇ, ਕਾਫੀ ਜ਼ਿਆਦਾ ਪੇਸ਼ੈਂਟਸ ਜਾਂ ਘਟਨਾਵਾਂ ਇਲਾਕੇ ਦੇ ਵਿੱਚ ਹਾਂ ਹੁੰਦੀਆਂ, ਜਿਵੇਂ ਸਾਡਾ ਇਲਾਕਾ ਨਿਹਾਲ ਸਿੰਘ ਵਾਲਾ, ਅਤੇ ਇਸਦੇ ਆਲੇ ਦੁਆਲੇ ਜ਼ਹਿਰ ਪੀਣ ਦੀਆਂ ਵੱਖੋ ਵੱਖਰੇ ਕਾਰਨਾਂ ਕਰਕੇ ਬਹੁਤ ਘਟਨਾਵਾਂ ਹੁੰਦੀਆਂ, ਅਤੇ ਉਹ ਸਾਰੇ ਵੱਖੋ ਵੱਖਰੇ ਹੋਸਪਿਟਲ ਦੇ ਵਿੱਚ ਆਉਂਦੇ ਆ। ਇੱਕ ਮੁੱਖ ਹੋਸਪਿਟਲ ਸਾਡਾ ਵੀ ਹੈ। ਇਸੇ ਪ੍ਰਕਾਰ ਹੀ ਸਨੇਕ ਬਾਈਟ ਦਾ ਟ੍ਰੀਟਮੈਂਟ ਹੈ, ਸੱਪ ਲੜੇ ਦਾ ਟ੍ਰੀਟਮੈਂਟ, ਉਹਦੇ ਵਿੱਚ ਵੀ ਸਾਡਾ ਹੋਸਪਿਟਲ, ਕਿਉਂਕਿ ਮੁੱਖ ਹੋਸਪਿਟਲ ਦੇ ਵਿੱਚ ਸੈਂਟਰਾਂ ਦੇ ਵਿੱਚ ਆਉਂਦਾ ਹੈਗਾ, ਮੋਗੇ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਕਾਫੀ ਪੇਸ਼ੈਂਟ ਆ ਜਾਂਦੇ ਆ ਵੀ ਸੀਜ਼ਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ 50-60 ਪੇਸ਼ੈਂਟ ਮਿਨੀਮਮ 3-4 ਮਹੀਨੇ ਦੇ ਵਿੱਚ ਸਾਡੇ ਕੋਲ ਆ ਜਾਂਦੇ ਆ। ਡਾਕਟਰ ਸਾਹਿਬ, ਇਹ ਜਿਹੜਾ ਦੋਨੇ ਚੀਜ਼ਾਂ ਦਾ ਹੀ ਇਲਾਜ ਆ, ਖਾਸ ਕਰਕੇ ਜ਼ਹਿਰ ਪੀਤੇ ਦਾ, ਮੇਰੇ ਖਿਆਲ 'ਚ ਕਾਫੀ ਮਹਿੰਗਾ ਇਲਾਜ ਆ, ਫਿਰ ਕੀ ਤੁਸੀਂ ਲੈਸ ਕਰਦੇ ਹੋ ਜਾਂ ਮਰੀਜ਼ ਤੋਂ ਪੂਰੇ ਪੈਸੇ ਲੈਂਦੇ? ਕਿਸ ਤਰੀਕੇ ਨਾਲ ਇਲਾਜ ਹੁੰਦਾ, ਕਿਉਂਕਿ ਮਹਿੰਗਾ ਇਲਾਜ ਆ, ਆਮ ਪਿੰਡਾਂ ਦੇ ਲੋਕ ਇੰਨਾ ਖਰਚਾ ਕਈ ਵਾਰੀ ਕਰ ਨਹੀਂ ਸਕਦੇ ਹੁੰਦੇ? ਦੇਖੋ, ਮੈਂ ਹੁਣ ਜਿਹੜੇ ਜ਼ਹਿਰ ਪੀਤੀ ਦੇ ਪੇਸ਼ੈਂਟਸ ਹੁੰਦੇ ਆ, ਜਿਹੜਾ ਸਾਡਾ ਹੋਸਪਿਟਲ ਦੀਪ ਹੋਸਪਿਟਲ ਆ, ਤੁਸੀਂ ਸਾਡੇ ਹੋਸਪਿਟਲ ਦੀ ਖਰਚਿਆਂ ਦਾ, ਸਾਰੇ ਕੁੱਲ ਖਰਚੇ ਦਾ ਕੰਪੈਰੀਜ਼ਨ ਕਰ ਲਓ ਬਰਨਾਲਾ, ਰਾਮਪੁਰਾ ਫੂਲ, ਭਦੌੜ, ਭਗਤਾ, ਬਾਘਾ ਪੁਰਾਣਾ, ਮੋਗਾ, ਬਠਿੰਡਾ ਦੇ ਹੋਸਪਿਟਲਸ ਦੇ ਨਾਲ, ਤੁਹਾਨੂੰ ਪਤਾ ਲੱਗ ਜਾਏਗਾ ਵੀ ਸੇਮ ਸਿਚੁਏਸ਼ਨ ਦੇ ਪੇਸ਼ੈਂਟਸ ਦੇ ਲਈ ਅਸੀਂ ਬਹੁਤ ਘੱਟ ਪੈਸਿਆਂ ਦੇ ਵਿੱਚ ਪੇਸ਼ੈਂਟ ਦਾ ਇਲਾਜ ਕਰਦੇ ਹਾਂ। ਬਹੁਤ ਸਾਰੇ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਆ। ਵੈਂਟੀਲੇਟਰ ਸਾਡੇ ਕੋਲ ਕਈ ਉਪਲਬਧ ਨੇ, ਪਰੰਤੂ ਬਹੁਤ ਵਾਰੀ ਅਸੀਂ ਵੈਂਟੀਲੇਟਰ ਜਿਹੜੇ ਉਹ ਫ੍ਰੀ ਆਫ ਕੋਸਟ ਹੀ ਲਗਾ ਦਿੰਦੇ ਹਾਂ, ਕਿਉਂਕਿ ਜਿਹੜੇ ਬੰਦੇ ਸਾਹਮਣੇ ਜਿਹੜਾ ਸਾਡੇ ਕੋਲ ਪੇਸ਼ੈਂਟ ਆਇਆ ਹੁੰਦਾ ਉਹਦੀ ਆਰਥਿਕ ਹਾਲਤ ਹੀ ਇਹੋ ਜਿਹੀ ਹੁੰਦੀ ਹੈ ਵੀ ਉਹਦਾ ਉਹਦੀ ਸਿਚੁਏਸ਼ਨ ਇਹ ਹੁੰਦੀ ਹੈ ਵੀ ਉਹ ਬਚ ਸਕਦਾ ਜੇ ਵੈਂਟੀਲੇਟਰ ਲੱਗੇ, ਪਰੰਤੂ ਆਰਥਿਕ ਹਾਲਤ ਇਹ ਹੁੰਦੀ ਹੈ ਵੀ ਉਹਨਾਂ ਤੋਂ ਨਹੀਂ ਲਗਵਾ ਸਕਦੇ, ਉਹ ਵੈਂਟੀਲੇਟਰ ਦਾ ਖਰਚਾ ਨਹੀਂ ਚੱਲ ਸਕਦਾ। ਅਸੀਂ ਟੋਟਲੀ ਖਰਚਾ ਵੈਂਟੀਲੇਟਰਸ ਦਾ ਕੋਈ 1 ਲੱਖ ਰੁਪਇਆ ਖਰਚਾ ਹੋ ਜਾਵੇ, 50,000 ਹੋ ਜਾਵੇ, ਅਸੀਂ ਉਹ ਵੈਂਟੀਲੇਟਰ ਚਾਰਜਸ ਹੀ ਨਹੀਂ ਲੈਂਦੇ, ਅਤੇ ਜਦੋਂ ਚਾਰਜਸ ਘੱਟ ਜਾਂਦੇ ਆ ਪੇਸ਼ੈਂਟ ਦੇ ਬਚਣ ਦੇ ਚਾਂਸਸ ਹੋਰ ਵੱਧ ਜਾਂਦੇ ਆ, ਕਿਉਂਕਿ ਉਹਦਾ ਇਲਾਜ ਪ੍ਰੋਪਰਲੀ ਹੁੰਦਾ ਰਹਿੰਦਾ ਅਤੇ ਮਰੀਜ਼ ਦੇ ਰਿਸ਼ਤੇਦਾਰਾਂ 'ਤੇ ਵੀ ਬਹੁਤਾ ਬੋਝ ਨਹੀਂ ਪੈਂਦਾ। ਡਾਕਟਰ ਸਾਹਿਬ, ਜਿਹੜੀ ਜ਼ਹਿਰ ਆ,
ਦੋਨੇ ਜ਼ਹਿਰ ਹੀ, ਭਾਵੇਂ ਸੱਪ ਦਾ ਜ਼ਹਿਰ ਹੋਵੇ ਭਾਵੇਂ ਦੂਜਾ ਜ਼ਹਿਰ ਹੋਵੇ ਰੇਹ ਸਪਰੇਅ ਵਾਲਾ, ਇਹ ਮਰੀਜ਼ 'ਤੇ ਕਿਸ ਤਰ੍ਹਾਂ ਅਸਰ ਕਰਦਾ? ਕੀ ਮਤਲਬ ਕਿੰਨੇ ਕੁ ਟਾਈਮ ਤੱਕ ਮਰੀਜ਼ ਨੂੰ ਕਹਿ ਲਈਏ ਵੀ ਡੇਂਜਰਸ ਹਾਲਤ ਦੇ ਵਿੱਚ ਲੈ ਜਾਂਦਾ? ਜਿਹੜੀ ਤਾਂ ਜਿਵੇਂ ਜ਼ਹਿਰਾਂ ਖੇਤੀ ਕੈਮੀਕਲਸ ਦੀਆਂ ਹੁੰਦੀਆਂ ਨੇ, ਉਹ ਤਾਂ ਵੱਖੋ ਵੱਖਰੀਆਂ ਉਹਨਾਂ ਦਾ ਸਾਲਟ ਹੁੰਦੇ ਨੇ, ਉਸ ਹਿਸਾਬ ਨਾਲ ਹੀ ਕੋਈ ਲੇਟ ਅਸਰ ਕਰਦੀ ਹੈ, ਕੋਈ ਪਹਿਲਾਂ ਅਸਰ ਕਰਦੀ ਹੈ, ਕੋਈ 4-5 ਦਿਨ ਬਾਅਦ ਅਸਰ ਕਰਦੀ ਹੈ। ਇਹ ਤਾਂ ਪੋਇਜ਼ਨ ਟੂ ਪੋਇਜ਼ਨ ਹੁੰਦਾ। ਅਕਸਰ ਜਿਹੜੀਆਂ ਅੱਜ ਕੱਲ੍ਹ ਸਾਡੇ ਇਲਾਕੇ ਦੇ ਵਿੱਚ ਮੇਨ ਹੁੰਦੀ ਜਿਵੇਂ ਕਲੋਰੋ ਸਾਈਪਰ ਮੋਨੋਸਿਲ ਜਾਂ ਡੈਲਟਾ ਮੈਥਰਿਨ ਐਮੀਟਰਾਜ, ਇੱਦਾਂ ਦੇ ਸਾਲਟ ਹੁੰਦੇ ਨੇ, ਉਹ ਤੇਜ਼ੀ ਨਾਲ ਵੀ ਅਸਰ ਕਰਦੇ ਨੇ। ਵੀ 15-20 ਮਿੰਟਾਂ ਦੇ ਵਿੱਚ ਜੇ ਤੁਸੀਂ ਪੇਸ਼ੈਂਟ ਨੂੰ ਲੈ ਗਏ ਹੋਸਪਿਟਲ ਵਿੱਚ ਆ ਗਏ ਕਿਸੇ ਸਹੀ ਦੇ ਵਿੱਚ ਤਾਂ ਠੀਕ ਹੈ, ਨਹੀਂ ਉਹ ਕੰਪਲੀਕੇਟ ਹੋ ਕੇ ਪੇਸ਼ੈਂਟ ਖਰਾਬ ਵੀ ਹੋ ਜਾਂਦੇ। ਸਭ ਤੋਂ ਪਹਿਲਾਂ ਜ਼ਹਿਰ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਅਤੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦੀ ਹੈ ਜੀ? ਸਭ ਤੋਂ ਪਹਿਲਾਂ ਤਾਂ ਜਿਹੜਾ ਅੰਗ ਨੂੰ ਅਗਰ ਮੰਨੀਏ ਤਾਂ ਸਾਹ ਨਾਲੀ ਅਤੇ ਸਵਾਸ ਤੰਤਰ ਨੂੰ ਪੋਇਜ਼ਨਸ ਨੇ ਜਿਹੜੀਆਂ ਉਹ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ, ਕਿਉਂਕਿ ਜੇ ਬੰਦੇ ਨੇ ਮਾੜਾ ਜਿਹਾ ਵੀ ਮੂੰਹ ਦੇ ਵਿੱਚ ਪੀਤੀ ਪਾਈ ਹੈ ਤਾਂ ਉਹਨੇ ਸਾਹ ਦੇ ਵਿੱਚ ਤਾਂ ਉਹਦੇ ਜਾਊਗੀ ਹੀ ਜਾਊਗੀ, ਅਤੇ ਬਾਕੀ ਅੰਗਾਂ ਨੂੰ ਥੋੜ੍ਹੀ ਦੇਰ ਬਾਅਦ ਪ੍ਰਭਾਵਿਤ ਕਰਨੀਆਂ ਸ਼ੁਰੂ ਕਰਦੀਆਂ ਨੇ। ਸੱਪ ਦਾ ਜ਼ਹਿਰ ਇਹਦੇ ਤੋਂ ਖਤਰਨਾਕ ਹੈ ਜੀ? ਨਹੀਂ, ਐਂ ਨਹੀਂ ਅਸੀਂ ਕਹਿੰਦੇ ਸੱਪ ਦਾ ਸਨੇਕ ਬਾਈਟ ਹੈ ਜਿਹੜੀ, ਉਹ ਇੱਕ ਬਿਲਕੁਲ ਅਲੱਗ ਡਿਜ਼ੀਜ਼ ਹੈ, ਅਲੱਗ ਸਿਚੁਏਸ਼ਨ ਹੈ। ਪੋਇਜ਼ਨ ਇਨਟੇਕ ਜਾਂ ਹਰਬੀਸਾਈਡ ਜਾਂ OPC ਪੋਇਜ਼ਨਿੰਗ ਇੱਕ ਬਿਲਕੁਲ ਅਲੱਗ ਹੈ। ਸੱਪਾਂ ਦੇ ਵੀ ਇੱਦਾਂ ਹੁੰਦਾ ਵੀ ਸਾਰੇ ਸੱਪ ਨਹੀਂ ਜ਼ਹਿਰੀਲੇ ਹੁੰਦੇ, ਅਤੇ ਦੂਸਰਾ ਹੈਗਾ ਸਾਰੇ ਜ਼ਹਿਰੀਲੇ ਸੱਪ ਜ਼ਹਿਰ ਉਨੀ ਨਹੀਂ ਛੱਡਦੇ ਜਿੰਨੀ ਉਹਨਾਂ ਦੇ ਵਿੱਚ ਹੁੰਦੀ ਹੈ। ਤਾਂ ਬਹੁਤ ਸਾਰੀਆਂ ਸਨੇਕ ਬਾਈਟਸ ਤਾਂ ਇੱਦਾਂ ਦਾ ਹੁੰਦਾ, ਉਹਨਾਂ ਨੂੰ ਸਾਨੂੰ ਅਸੀਂ ਪੇਸ਼ੈਂਟ ਨੂੰ ਜਸਟ ਓਬਜ਼ਰਵ ਕਰਕੇ ਹੀ ਭੇਜ ਦੇਈਦਾ, ਬਿਨਾਂ ਕੋਈ ਦਵਾਈ ਜਾਂ ਟੀਕਾ ਲਗਾਏ, ਜਸਟ ਉਹਨੂੰ 1-2 ਘੰਟੇ 4 ਘੰਟੇ ਰੱਖਿਆ, ਉਹਦੀ ਟੈਸਟ ਕਰ ਲਏ, ਪੇਸ਼ੈਂਟ ਠੀਕ ਹੈ, ਯੂ ਕੈਨ ਗੋ। ਅਤੇ ਬਹੁਤ ਸਾਰੇ ਪੇਸ਼ੈਂਟ ਨੂੰ ਇਲਾਜ ਵੀ ਕਰਨਾ ਪੈਂਦਾ। ਮਤਲਬ ਕਈ ਤਾਂ ਘਬਰਾ ਹੀ ਜਾਂਦੇ ਆ ਸੱਪ ਦੇ ਟੈਸਟ ਤੋਂ, ਇੱਦਾਂ ਵੀ ਹੁੰਦਾ ਜੀ? ਦੇਖੋ ਜੇ ਸੱਪ ਲੜ ਗਿਆ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਉਹਦਾ ਅੰਗਰੇਜ਼ੀ ਇਲਾਜ ਉਪਲਬਧ ਹੈ। ਦੂਸਰਾ ਐਟਲੀਸਟ ਸਾਡਾ ਏਰੀਆ ਜਿਵੇਂ ਨਿਹਾਲ ਸਿੰਘ ਵਾਲਾ, ਸਾਡੇ ਏਰੀਆ ਦੇ ਵਿੱਚ ਸਾਡਾ ਹੋਸਪਿਟਲ ਹੈ ਦੀਪ ਹੋਸਪਿਟਲ, ਆਪਣੇ ਕੋਲ ਸਨੇਕ ਬਾਈਟ ਦਾ ਇਲਾਜ ਉਪਲਬਧ ਹੈ, ਤੁਹਾਨੂੰ ਘਬਰਾਉਣ ਦੀ ਤਾਂ ਬਿਲਕੁਲ ਹੀ ਜ਼ਰੂਰਤ ਨਹੀਂ ਹੈਗੀ। ਤੀਸਰੀ ਗੱਲ ਹੈਗੀ ਆ ਵੀ ਸਨੇਕ ਬਾਈਟ ਦੇ ਪੇਸ਼ੈਂਟ ਦੇ ਪੈਸੇ ਕਿੰਨੇ ਲੱਗਣਗੇ, ਜਿੰਨੀ ਛੇਤੀ ਤੁਸੀਂ ਜਲਦੀ ਆ ਜਾਓਗੇ ਉਨੇ ਤੁਹਾਡੇ ਪੈਸੇ ਘੱਟ ਲੱਗਣਗੇ। ਵੈਸੇ ਵੀ ਅਸੀਂ ਜਿਹੜਾ ਕੋਈ ਵਿਅਕਤੀ ਸਾਹਮਣੇ ਹੈਗਾ ਜੇ ਉਹਦੀ ਆਰਥਿਕ ਹਾਲਤ ਮਾੜੀ ਹੈ, ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰਦੇ ਹਾਂ। ਸਾਨੂੰ ਤਾਂ ਇਹ ਹੁੰਦਾ ਵੀ ਪੇਸ਼ੈਂਟ ਬਚ ਜੇ, ਸੱਪ ਲੜੇ ਦਾ ਮਰੀਜ਼ ਹੈ ਜਾਂ ਜ਼ਹਿਰ ਪੀਤੀ ਦਾ ਮਰੀਜ਼ ਹੈ, ਇਹ ਮਰੇ ਨਾ, ਇਹ ਜਿਉਂਦਾ ਰਹੇ ਅਤੇ ਇਹ ਬਚ ਜੇ। ਜੇ ਉਹਦੇ 'ਚ ਸਾਨੂੰ ਹੋਸਪਿਟਲ ਨੂੰ ਵੀ 4 ਪੈਸੇ ਲਾਉਣੇ ਪੈਣ ਤਾਂ ਅਸੀਂ ਉਹਦੇ 'ਤੇ ਲਾਉਂਦੇ ਹਾਂ। ਡਾਕਟਰ ਸਾਹਿਬ, ਇੱਕ ਮੇਰੇ ਮਨ 'ਚ ਸਵਾਲ ਆ ਰਿਹਾ ਸੀਗਾ, ਕਾਫੀ ਇਹ ਚਰਚਾ ਵੀ ਆ ਕਿ ਜਿਹੜੀ ਐਲੋਪੈਥੀ ਆ ਉਹ ਪੱਕਾ ਇਲਾਜ ਨਹੀਂ ਹੁੰਦਾ, ਉਹ ਕੁਛ ਟਾਈਮ ਲਈ ਇਲਾਜ ਕਰਦਾ, ਇਹ ਕੀ ਸੱਚ ਹੈ ਜੀ? ਦੇਖੋ ਇਹ ਵਾਧੂ ਗੱਲਾਂ ਨੇ, ਐਲੋਪੈਥੀ ਪੱਕਾ ਇਲਾਜ ਨਹੀਂ ਜਾਂ ਐਲੋਪੈਥੀ ਦੇ ਵਿੱਚ ਸਾਈਡ ਇਫੈਕਟ ਵਾਲੇ ਆ ਜਾਂ ਹੋਰ ਆ। ਅਸਲ ਦੇ ਵਿੱਚ ਐਲੋਪੈਥੀ ਦੀ ਸਮੱਸਿਆ ਨਹੀਂ ਹੈ, ਸਮੱਸਿਆ ਸਾਡੇ ਦੇਸ਼ ਦੇ ਜਾਂ ਸਮਾਜ ਦੇ ਸਮਾਜਿਕ ਤੰਤਰ ਦੀ ਹੈ। ਜੇ ਸਾਡੇ ਦੇਸ਼ ਦਾ ਤੰਤਰ ਮੁਨਾਫਾਖੋਰੀ ਵਾਲਾ ਹੋਊਗਾ ਤਾਂ ਐਲੋਪੈਥੀ ਹੈ ਜਿਹੜੀ ਉਹ ਮੁਨਾਫਾਖੋਰੀ ਨਾਲ ਜੁੜ ਜੂਗੀ। ਜੇ ਸਾਡੇ ਦੇਸ਼ ਦਾ ਤੰਤਰ ਸਮਾਜਿਕ ਸਰੋਕਾਰਾਂ ਵਾਲਾ ਹੋਊਗਾ ਤਾਂ ਐਲੋਪੈਥੀ ਸਰੋਕਾਰਾਂ ਨਾਲ ਜੁੜ ਜੂਗੀ। ਅਸੀਂ ਜਦੋਂ ਪੜ੍ਹਦੇ ਸੀ ਐਲੋਪੈਥੀ ਦੀਆਂ ਕਿਤਾਬਾਂ, ਸਾਡੇ ਸੋਸ਼ਲ ਐਂਡ ਪ੍ਰਵੈਂਟਿਵ ਮੈਡੀਸਨ ਦਾ ਇੱਕ ਅਲੱਗ ਟੋਪਿਕ ਹੁੰਦਾ, ਤਾਂ ਪੇਪਰ ਹੁੰਦਾ ਬਕਾਇਦਾ, ਅਤੇ ਉਹਦੀਆਂ ਅਲੱਗ ਬੁੱਕਸ ਹੁੰਦੀਆਂ ਨੇ ਵੀ ਸਮਾਜ ਨੂੰ ਬਿਮਾਰੀਆਂ ਤੋਂ ਕਿਵੇਂ ਦੂਰ ਰੱਖਣਾ, ਉਹ ਸਾਰਾ ਸਾਨੂੰ ਪੜ੍ਹਾਇਆ ਹੁੰਦਾ, ਅਸੀਂ ਪੜ੍ਹਦੇ ਵੀ ਹਾਂ। ਜੇ ਹੁਣ ਸਾਡਾ ਤੰਤਰ ਹੀ ਮੁਨਾਫਾਖੋਰੀ ਵਾਲਾ ਹੋ ਗਿਆ ਤਾਂ ਐਲੋਪੈਥੀ ਲੈ ਲਓ ਚਾਹੇ ਹੋਮੋਪੈਥੀ ਆਯੁਰਵੈਦਿਕ, ਸਾਰੀਆਂ ਹੀ ਫਿਰ ਮੁਨਾਫਾਖੋਰੀ ਵਾਲੇ ਪਾਸੇ ਨਹੀਂ ਜਾਣਗੀਆਂ। ਇਹ ਐਲੋਪੈਥੀ 'ਤੇ ਵਾਧੂ ਬਲੇਮ ਲੱਗਦਾ, ਇਹ ਗਲਤ ਗੱਲ ਆ। ਇੱਕ ਡਾਕਟਰ ਸਾਹਿਬ, ਹੋਰ ਇਲਾਜ ਤੁਸੀਂ ਕਰਤਾ, ਕਈ ਵਾਰੀ ਇਹ ਹੁੰਦਾ ਕੁਛ ਚੀਜ਼ਾਂ ਬੰਦੇ ਦੇ ਫਿਰ ਵੀ ਅੰਦਰ ਰਹਿ ਜਾਂਦੀਆਂ, ਜਿਵੇਂ ਜ਼ਹਿਰ ਪੀਤਾ, ਦੋਨੇ ਜ਼ਹਿਰ ਹੀ, ਸੱਪ ਦਾ ਜ਼ਹਿਰ ਜਾਂ ਦੂਜਾ ਜ਼ਹਿਰ ਪੀਤਾ, ਹੈ ਨਾ, ਉਹ ਕੋਈ ਬਾਅਦ ਦੇ ਵਿੱਚ ਅਸਰ ਹੁੰਦਾ ਜਿਵੇਂ ਦਿਮਾਗ 'ਤੇ ਅਸਰ ਹੋ ਗਿਆ ਜਾਂ ਕੋਈ ਹੋਰ ਰੰਗ 'ਤੇ, ਕੋਈ ਇੱਦਾਂ ਦਾ ਬਾਅਦ ਤੱਕ ਲੰਮੇ ਸਮੇਂ ਤੱਕ? ਲੰਮੇ ਸਮੇਂ ਤੱਕ ਦੋਨੇ ਸਿਚੁਏਸ਼ਨਸ ਦੇ ਵਿੱਚ ਅਸਰ ਹੋ ਸਕਦਾ ਪੇਸ਼ੈਂਟਸ 'ਤੇ। ਕਈ ਵਾਰ
ਜਿਵੇਂ ਕਿਡਨੀ ਪ੍ਰੋਬਲਮਸ ਆ ਗਈਆਂ ਜਾਂ ਦਿਮਾਗੀ ਪ੍ਰੋਬਲਮਸ ਆ ਗਈਆਂ, ਇੱਦਾਂ ਦੇ ਤੰਤਰ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ। ਪਰ ਜਿਹੜੀਆਂ ਆਮ ਜਿਹੜੀਆਂ ਜ਼ਹਿਰਾਂ ਨੇ ਉਹ ਵੀ, ਅਤੇ ਆਮ ਜਿਹੜੀ ਸਨੇਕ ਬਾਈਟ ਦੇ ਜਿਹੜੇ ਆਮ ਮਰੀਜ਼ ਆ ਉਹ ਮੋਸਟਲੀ ਮਹੀਨੇ ਡੇਢ ਮਹੀਨੇ ਦੇ ਵਿੱਚ ਠੀਕ ਹੋ ਜਾਂਦੇ ਆ, ਅਤੇ ਪੂਰੇ ਦੇ ਪੂਰੇ ਸੰਪੂਰਨ ਰੂਪ ਦੇ ਵਿੱਚ ਉਹ ਆਪਣੇ ਕੰਮ ਕਾਰ ਦੇ ਯੋਗ ਹੋ ਜਾਂਦੇ। ਮਤਲਬ ਆਮ ਹਾਲਤ ਦੇ ਵਿੱਚ ਛੇਤੀ ਨਹੀਂ ਕੋਈ ਅਸਰ ਇੱਦਾਂ ਕਿਸੇ ਨੂੰ ਕੋਈ ਆਪਾਂ ਕਹਿ ਦਈਏ ਵੀ 100 ਚੋਂ 2-4 ਪੇਸ਼ੈਂਟਸ ਜਿਨ੍ਹਾਂ ਦੀ ਕਿਸਮਤ ਮਾੜੀ ਹੋਵੇ ਉੱਥੇ ਹੀ ਕੋਈ ਨਾ ਕੋਈ ਕੰਪਲੀਕੇਸ਼ਨ ਹੁੰਦੀ ਹੈ, ਬਾਕੀ ਸਾਰੇ ਨਿਕਲੇ ਆਉਂਦੇ ਨੇ ਬਾਹਰ ਆ ਜਾਂਦੇ। ਸ਼ੁਕਰੀਆ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਕੁਝ ਹੋਰ ਵੀ ਹੋਈਆਂ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਕਰਨ ਫਿਰ ਗੱਲਬਾਤ ਆਵਾਂਗੇ। ਸੋ ਦੋਸਤੋ, ਡਾਕਟਰ ਸਾਹਿਬ ਨੇ ਇਲਾਜ ਵੀ ਦੱਸਿਆ ਸੱਪ ਦੇ ਡੱਸੇ ਦਾ ਵੀ, ਅਤੇ ਆਮ ਜਿਹੜਾ ਖੇਤਾਂ ਦੇ ਵਿੱਚ ਰੇਹ ਸਪਰੇ ਵਾਲਾ ਜ਼ਹਿਰ ਆ ਕਈ ਵਾਰੀ ਪੀ ਜਾਂਦੇ ਹਾਂ ਉਹਦਾ ਵੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਆਪਣਾ ਬਚਾਅ ਰੱਖਣਾ ਚਾਹੀਦਾ। ਆਮ ਤੌਰ 'ਤੇ ਜਿਹੜੇ ਆਪਾਂ ਜ਼ਹਿਰ ਪੀਂਦੇ ਹਾਂ ਲੋਕ, ਉਹ ਕਈ ਵਾਰੀ ਨਿਰਾਸ਼ਤਾ ਦੇ ਵਿੱਚ ਜਾ ਕੇ ਪੀਂਦੇ ਆ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਸਾਨੂੰ ਛੱਡਣੀਆਂ ਚਾਹੀਦੀਆਂ, ਨਿਰਾਸ਼ਤਾ ਛੱਡਣੀ ਚਾਹੀਦੀ ਆ। ਜੇਕਰ ਕਿਸੇ ਨੇ ਇਹੋ ਜਿਹਾ ਕਦਮ ਪੁੱਟ ਵੀ ਲਿਆ ਤਾਂ ਉਹਦਾ ਇਲਾਜ ਹੈ। ਸੋ ਦੋਸਤੋ, ਤੁਸੀਂ ਜੁੜੇ ਰਹੋ ਦੁਨੀਆ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।